ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਆ ਜਾਂ ਡੀਸੀ ਸਾਹਿਬ ਨੂੰ ਜਿਹੜਾ ਅਸੀਂ ਮੰਗ ਪੱਤਰ ਦੇ ਕੇ ਆਏ ਆ ਉਹ ਇੱਕ ਨਾ ਕਿਛ ਹੋਈ ਨਾ ਮੈਂ ਚੇਅਰ ਲੰਬੀ ਜਿਹੜੀ ਇੱਕ ਡਿਮਾਂਡ ਸੀਗੀ ਘੜੀ ਪਿੱਛੋਂ ਜਿਹੜੀ ਪੋਲਿਟਿਕਲ ਲੀਡਰ ਸਾਹਿਬਾਨ ਜਿਹੜੇ ਨੇ ਸਿਰਫ ਆਪਣੀਆਂ ਖੁਸ਼ੀਆਂ ਹੋਈਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਗੁਰਦਾਸਪੁਰ ਜ਼ਿਲ੍ਹੇ ਦੇ ਟੋਟੇ ਕਰਨ ਦੀ ਬਟਾਲੇ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਐ ਨਿਤ ਦਿਨ ਜਿਹੜੀ ਡਿਮਾਂਡ ਆ ਜਾਂਦੀ ਆ ਉਸ ਚੀਜ਼ ਨੂੰ ਰੋਕਣ ਵਾਸਤੇ ਉਸ ਚੀਜ਼ ਦੇ ਅਗੇਂਸਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਅਸੀਂ ਇੱਕ ਐਜੀਟੇਸ਼ਨ ਸ਼ੁਰੂ ਕੀਤੀ ਆ डीसी साहब ਨੂੰ ਮੰਗ ਪੱਤਰ ਦੇ ਕੇ ਆਏ ਆਂ ਕੋਟਾਂ ਦਾ ਵਰਕ ਅਸੀਂ ऑब्स्टेन ਕੀਤਾ ਹੋਇਆ ਕਾਰਨ ਮੈਨੂੰ ਸਮਝ ਨਹੀਂ ਲੱਗਦੀ ਪੋਲਿਟਿਕਲ ਲੀਡਰਾਂ ਦੀ ਜੇ ਤੁਸੀਂ ਕੋਈ ਗੱਲ ਚੁੱਕਣੀ ਆ ਜੇ ਤੁਸੀਂ ਵੋਟਾਂ ਲੈਣੀਆਂ ਚਾਹੁੰਦੇ ਹੋ ਤੇ ਘਰ 파ੜ ਕੇ ਕਿਉਂ ਵੋਟਾਂ ਮੰਗਦੇ ਹੋ ਘਰ ਨੂੰ ਜੋੜ ਕੇ ਘਰ ਨੂੰ ਇਕੱਠਾ ਰੱਖ ਕੇ ਵੋਟਾਂ ਲਾਓ ਲੋਕਾਂ ਦੀ ਡਿਵੈਲਪਮੈਂਟ ਕਰੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵਧੀਆ ਮੈਡੀਕਲ ਇੰਸਟੀਚਿਊਟ ਲਿਆਓ ਐਜੂਕੇਸ਼ਨਲ ਇੰਸਟੀਚਿਊਟ ਲਿਆਓ ਜਿਨ੍ਹਾਂ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੀ ਕੋਈ ਡਿਵੈਲਪਮੈਂਟ ਹੋ ਸਕੇ ਲੋਕਾਂ ਦੇ ਕੋਈ ਭਲੇ ਦਾ ਕੰਮ ਹੋ ਸਕੇ ਨਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਟੋਟੇ ਕਰੋ ਕਿਉਂਕਿ ਪਹਿਲਾਂ ਹੀ ਵੱਖ-ਵੱਖ ਸਮਿਆਂ ਦੀਆਂ ਸਰਕਾਰਾਂ ਦੀ ਜਿਹੜੀ ਹੈ ਮਾੜੀ ਸੋਚ ਦਾ ਨਤੀਜਾ ਜ਼ਿਲ੍ਹਾ ਸਾਡਾ ਗੁਰਦਾਸਪੁਰ ਹੈਗਾ ਉਹ ਭੁਗਤ ਰਿਆ ਛਕੜਗਰ ਤਹਿਸੀਲ ਪਾਕਿਸਤਾਨ ਦੇ ਵਿੱਚ ਰਹਿ ਗਈ ਦਲੌਜੀ ਤੱਕ ਚੰਬੇ ਤੱਕ ਸਾਡਾ ਜ਼ਿਲ੍ਹਾ ਗੁਰਦਾਸਪੁਰ ਸੀਗਾ ਸਮੇਂ-ਸਮੇਂ ਦੇ ਵਿੱਚ ਇਹਨੂੰ ਤੋੜ ਕੇ ਆ ਹੁਣ ਦੀਨਾ ਨਗਰ ਤੋਂ 2 ਕਿਲੋਮੀਟਰ ਅੱਗੇ ਜਾਈਏ ਉੱਥੋਂ ਤੱਕ ਸਾਡੀਆਂ ਹੱਦਾਂ ਗੁਰਦਾਸਪੁਰ ਦੀਆਂ ਕਰ ਦਿੱਤੀਆਂ ਗਈਆਂ ਨੇ ਮੇਰੀ ਸਮੇਂ ਦੀ ਸਰਕਾਰ ਤੋਂ ਬਹੁਤ ਹੀ ਸਾਨੂੰ ਸੂਝਵਾਨ ਮੁੱਖ ਮੰਤਰੀ ਸਾਹਿਬ ਮਿਲੇ ਨੇ ਮੇਰੀ ਉਹਨਾਂ ਤੱਕ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਬੇਨਤੀ ਆ ਕਿ ਜੇ ਕੁਝ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਉਪਰਾਲੇ ਤੁਸੀਂ ਕਰ ਰਹੇ ਹੋ ਇੱਕ ਨਵਾਂ ਉਪਰਾਲਾ ਗੁਰਦਾਸਪੁਰ ਦੇ ਵਿੱਚ ਇੱਕ ਮੈਡੀਕਲ ਕਾਲਜ ਗੁਰਦਾਸਪੁਰ ਦੇ ਵਿੱਚ ਵਧੀਆ ਐਜੂਕੇਸ਼ਨਲ ਇੰਸਟੀਚਿਊਟ ਦਿਓ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਡਿਵੈਲਪਮੈਂਟ ਵਾਸਤੇ ਫੰਡ ਦਿਓ ਇੰਡਸਟਰੀ ਸਾਡੀ ਬਹੁਤ ਸਾਰੀ ਇੰਡਸਟਰੀ ਜਿਹੜੀ ਆ ਬਟਾਲੇ ਦੀ ਜਾਂ ਧਾਰੀਵਾਲ ਵਾਲੀ ਮਿਲਵਾ ਦਿਨਾਨਗਰ ਦੀ ਕੰਡਰੋਡ ਪਾਈਪ ਦੀਆਂ ਉੱਥੇ ਸਿਗਾ ਸਾਰਾ ਸਿਸਟਮ ਕਲੈਪਸ ਹੋ ਚੁੱਕਾ ਇਸ ਚੀਜ਼ ਨੂੰ ਰਿਵਾਈਵ ਕਰੋ ਤੇ ਲੋਕਾਂ ਦੇ ਡਿਵੈਲਪਮੈਂਟ ਵੱਲ ਧਿਆਨ ਦਿਓ ਸਾਨੂੰ ਤੁਹਾਡੇ ਤੋਂ ਪੂਰੀ ਆਸ ਹੈ ਕਿ ਤੁਸੀਂ ਡਿਵੈਲਪਮੈਂਟ ਕਰੋਗੇ ਨਾ ਕਿ ਗੁਰਦਾਸਪੁਰ ਦੇ ਟੋਟੇ ਕਰੋਗੇ ਧੰਨਵਾਦ ਕੋ ਪ੍ਰਤਾਪ ਬਾਜਵਾ ਆਪਣੀ ਖੁੱਸੀ ਜ਼ਮੀਨ ਨੂੰ ਬਚਾਉਣ ਵਾਸਤੇ ਇਹੋ ਜੇ ਸ਼ੋਸ਼ੇ ਛੱਡ ਰਿਹਾ ਜਦੋਂ ਇਹ ਗੁਰਦਾਸ ਅਬਦੁੱਲਾ ਪਹਿਲਾਂ ਹੀ ਬਹੁਤ ਸੋੜਾ ਹੋ ਚੁੱਕਾ ਸਿਆਸੀ ਕੋਝੀਆਂ ਚਾਲਾਂ ਕਰਕੇ ਪਹਿਲਾਂ ਵੀ ਸਮੇਂ ਸਮੇਂ ਦੇ ਹਕੂਮਤਾਂ ਨੇ ਦੇਸ਼ ਦੀ ਬਣ ਤੋਂ ਲੈ ਕੇ ਗੁਰਦਾਸਪੁਰ ਨੂੰ ਛੋਟਿਆਂ ਕੀਤਾ ਇਹਦੇ ਟੁਕੜੇ ਕੀਤੇ ਪਰ ਜਿਹਨੇ ਟੁਕੜੇ ਕੀਤੇ ਉਹਨੂੰ ਬਹੁਤਾ ਸਿਆਸੀ ਫਾਇਦਾ ਹੋਇਆ ਨਹੀਂ ਨੁਕਸਾਨ ਉਹ ਆਪਣੀਆਂ ਕੁਰਸੀਆਂ ਜਾਂ ਸੀਟਾਂ ਬਿਚਾਰ ਹੀ ਸਕੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਬਾਜਵਾ ਸਾਹਿਬ ਤੁਸੀਂ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਹੋ ਇਹ ਤੁਹਾਡੀ ਡਿਊਟੀ ਬਣਦੀ ਆ ਤਾਂ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਨੁਮਾਇੰਦਗੀ ਵੀ ਕੀਤੀ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੋਈ ਅੱਛੀ ਇੰਡਸਟਰੀ ਲਿਆਓ ਬੱਚਿਆਂ ਨੂੰ ਰੋਜ਼ਗਾਰ ਮਿਲੇ ਮੈਡੀਕਲ ਸੂਤਾ ਦਓ ਅੱਛੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਲਿਆਓ ਜੋ ਲੋਕਾਂ ਦੀ ਡਿਮਾਂਡ ਆ ਲੋਕਾਂ ਨੂੰ ਨਾ ਕੋ ਹੈਲਥ ਫੈਸਿਲਿਟੀ ਮਿਲ ਰਹੀ ਹੈ ਨਾ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਲੋਕਾਂ ਦੇ ਬੱਚੇ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਪੰਜਾਬ ਵਿਹਲਾ ਹੋ ਰਿਹਾ ਪੰਜਾਬ ਉੱਜੜ ਰਿਹਾ ਉਸ ਪਾਸੇ ਵੱਲ ਖਿਆਲ ਕਰੋ ਨਾ ਕਿ ਆਪਣਾ ਸਿਆਸੀ ਲੈ ਆਣ ਵਾਸਤੇ ਕਿ ਬਾਜਾ ਸਾਹਿਬ ਕਹਿੰਦੇ ਮੈਂ ਚਿੱਠੀ ਲਿਖਦੀ ਪਹਿਲਾਂ ਤੇ ਉਦੋਂ ਬਾਜਾ ਸਾਹਿਬ ਕਹਿੰਦੇ ਮੈਂ ਚਿੱਠੀ ਲਿਖਦੀ ਪਹਿਲਾਂ ਇਹ ਚਿੱਠੀਆਂ ਵਿੱਚ ਚੱਕਰ ਜੇ ਨਾ ਪਾ ਕੇ ਜੋ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸੂਲਤਾਂ ਨੇ ਉਹਨਾਂ ਨੂੰ ਦੋ ਜਿਹੜੇ ਅੱਗੇ ਬਹੁਤ ਬਣ ਗਏ ਨੇ ਪੰਜਾਬ ਬਹੁਤ ਛੋਟਾ ਵਾ ਲੋਕਾਂ ਤੇ ਹੋਰ ਖਰਚਾ ਨਾ ਪਾਓ ਤੇ ਗੁਰਦਾਸ ਟੁੱਟੇ ਨਾ ਕਰੋ ਮੈਂ ਤੇ ਇੱਕ ਹੋਰ ਮੰਗ ਕਰਾਂਗਾ ਕਿ ਕਾਦੀਆਂ ਥਾਣਾ ਗੁਰਦਾਸ ਵਿਲੇ ਦਾ ਹਿੱਸਾ ਸੀਗਾ ਉਹਨੂੰ ਕੱਢ ਲੈ 88 ਵਿੱਚ ਉਸ ਤੋਂ ਬਾਅਦ ਸੇਖਵਾ ਥਾਣਾ ਬਣਾਇਆ ਕੋਈ ਬਟਾਲੀਆਂ ਲਾਤਾ ਜਦੋਂ ਕਿ ਕਾਦੀਆਂ ਤੇ ਸੇਖਵਾ ਥਾਣਾ ਗੁਰਦਾਸ ਪੁਜਲੀਆਂ ਲੱਗਣੇ ਚਾਹੀਦੇ ਨੇ ਤਾਂ ਕਿ ਇਹਦਾ ਬੈਲੈਂਸ ਬਣਿਆ ਰਵੇ ਲੋਕਾਂ ਕੋਈ ਆਖ ਨਾ ਹੋਵੇ ਜਿਹੜੀ ਦੀ ਕੋਈ ਲੋੜ ਨਹੀਂ ਹੋਰ ਬੋਝ ਨਾ ਪਾਇਆ ਜਾਵੇ ਤੇ ਮੈਂ ਅਰਦਾਸ ਕਰਨਾ ਕਿ ਪ੍ਰਮਾਤਮਾ ਸਹੇਲੀਦਾਂ ਨੂੰ ਸਮਤ ਬਖਸ਼ਣ ਤੇ ਚੰਨੀ ਸਾਹਿਬ ਇਹੋ ਜਿਹੜੀ ਮੰਗਾਂ ਉੱਠੀਆਂ ਉੱਠਦੀਆਂ ਨੇ ਜਲੇ ਬਣ ਵਾਲੀਆਂ ਉਹਨਾਂ ਨੂੰਕਾਰਦੇ ਹੋਏ ਲੋਕ ਖੇਚੇ ਫੈਸਲੇ ਕਰ। ਧੰਨਵਾਦ।